पराली की सांभ संभाल ली जिहड़ी सबसिडी सेंटर गौरमेंट वल्लों आई सी करीब 1200 करोड़ की, असी सबसिडी ते मशीनां देणियां सीगियां। ਉਹ ਮਸ਼ੀਨਾਂ ਦੇ ਵਿੱਚ ਗੜਬੜ ਹੋਈ। ਪਹਿਲਾਂ ਬਹੁਤ ਰੌਲਾ ਸੀਗਾ ਉਹਦਾ ਕਿ 1200 ਕਰੋੜ ਦਾ ਕਪਲਾ ਹੋ ਗਿਆ ਜੀ, ਬਹੁਤ ਇਹ ਗੱਲ ਦੀ ਚਰਚਾ ਰਹੀ। ਬਟ ਜਦੋਂ ਸਾਡੇ ਡਿਪਾਰਟਮੈਂਟ ਨੇ ਸਰਕਾਰ ਬਣਨ ਤੋਂ ਬਾਅਦ ਜਦੋਂ ਸਾਡੇ ਡਿਪਾਰਟਮੈਂਟ ਨੇ ਉਹਦੀ ਇਨਕੁਆਇਰੀ ਕੀਤੀ ਤਾਂ ਅਸੀਂ ਇਹ ਸਿੱਟੇ 'ਤੇ ਪੁੱਜੇ ਹਾਂ। ਜਿੰਨੀ ਕੁ ਸਾਡੇ ਅਫਸਰਾਂ ਨੇ ਮਿਹਨਤ ਕੀਤੀ ਅਸੀਂ ਇਹ ਸਿੱਟੇ 'ਤੇ ਪੁੱਜੇ ਹਾਂ ਕਿ ਕਰੀਬ 150 ਕਰੋੜ ਦਾ ਜਿਹੜਾ ਕਪਲਾ ਉਹ ਹੋਇਆ। ਔਰ ਅਸੀਂ ਬਕਾਇਦਾ ਆਪਣੇ ਮਹਿਕਮੇ ਵੱਲੋਂ ਇਸ ਕੇਸ ਦੀ ਵਿਜੀਲੈਂਸ ਇਨਕੁਆਇਰੀ ਕਰਾਉਣ ਲਈ CM ਸਾਹਿਬ ਨੂੰ ਬੇਨਤੀ ਕੀਤੀ ਹੈ। ਅਸੀਂ ਆਪਣੀ ਫਾਈਲ ਜਿਹੜੀ ਹੈ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਭੇਜ ਦਿੱਤੀ ਹੈ। ਔਰ ਅਸੀਂ ਚਾਹੁੰਦੇ ਹਾਂ ਕਿ ਇਹਦੀ ਇਨਕੁਆਇਰੀ ਜਿਹੜੀ ਡੀਪਲੀ ਹੋਵੇ, ਕਿਉਂਕਿ ਜਿਹੜੀਆਂ ਸੈਂਟਰ ਗੌਰਮੈਂਟ ਕੋਲ ਸਾਨੂੰ ਪੈਸੇ ਮਿਲਦੇ, ਸਾਡੀਆਂ ਜਿਹੜੀਆਂ ਸਕੀਮਾਂ, ਜੇ ਕਿਤੇ ਗੜਬੜ ਹੋ ਜਾਂਦੀ ਹੈ ਤਾਂ ਫਿਰ ਅੱਗੋਂ ਪੈਸੇ ਆਉਣੇ ਜਿਹੜੇ ਸਾਡੇ ਲਈ ਮੁਸ਼ਕਲ ਹੋ ਜਾਂਦੇ, ਸਾਡਾ ਰਸਤਾ ਬੰਦ ਹੋ ਜਾਂਦਾ। ਔਰ ਜਿਹੜੇ ਸਾਨੂੰ ਸੈਂਟਰ ਕੋਲੋਂ ਪੈਸੇ ਆਉਂਦੇ ਆ ਉਹ ਵੀ ਲੋਕਾਂ ਦੀ GST, ਲੋਕਾਂ ਦੀ ਮਿਹਨਤ ਦਾ ਜਿਹੜਾ ਟੈਕਸ ਆ ਉਹਦਾ ਪੈਸਾ ਬਕਾਇਆ ਜਿਹੜਾ ਆਉਂਦਾ, ਚਾਹੇ ਸਬਸਿਡੀ ਦੇ ਰੂਪ 'ਚ ਆਉਂਦਾ, ਚਾਹੇ ਲੋਨ ਦੇ ਰੂਪ 'ਚ ਆਉਂਦਾ, ਕਿਸੇ ਰੂਪ 'ਚ ਗ੍ਰਾਂਟ ਦੇ ਰੂਪ 'ਚ ਆਉਂਦਾ, ਬਟ ਲੋਕਾਂ ਦਾ ਇਹ ਪੈਸਾ ਜਿਹੜਾ ਇਹ ਕਿਉਂ ਕੋਈ ਖਾਵੇ, ਕਿਉਂ ਕੋਈ ਬਰਬਾਦ ਕਰੇ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਸ ਕੇਸ ਦੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇ, ਮਿਸਾਲੀ ਕਾਰਵਾਈ ਕੀਤੀ ਜਾਵੇ। ਔਰ ਉਹਦੀ ਫਾਈਲ ਜਿਹੜੀ ਆ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਭੇਜਤੀ ਹੈ। ਜੇ ਇਹਦੇ ਬਾਰੇ 'ਚ ਤੁਸੀਂ ਕੋਈ ਸਵਾਲ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰ ਸਕਦੇ। ਧਾਲੀਵਾਲ ਸਾਹਿਬ, ਪਿੱਛੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਜ਼ਿਕਰ ਸਾਹਮਣੇ ਆ ਰਿਹਾ, ਕਿਉਂਕਿ ਮਹਿਕਮਾ ਉਹਨਾਂ ਦੇ ਕੋਲ ਰਿਹਾ, ਕੁਛ ਉਹਨਾਂ ਦਾ ਵੀ ਜਾਂਚ ਦੇ ਵਿੱਚ ਇਨਵੋਲਵ ਕੀਤਾ ਜਾ ਸਕਦਾ? ਨਹੀਂ, ਦੇਖੋ ਇੱਕ ਗੱਲ ਤੁਸੀਂ ਨੋਟ ਕਰ ਲਿਓ, ਧਿਆਨ ਨਾਲ ਸੁਣਿਓ ਮੇਰੀ ਗੱਲ। ਮਾਨ ਸਾਹਿਬ ਦੀ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਜੀ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਆ, ਸਾਡੀ ਸਰਕਾਰ ਦਾ ਇਹ ਫੈਸਲਾ ਕਰਪਸ਼ਨ ਦੇ ਵਿਰੁੱਧ, ਚਾਹੇ ਬੰਦਾ ਕੋਈ ਸਧਾਰਨ ਹੈ, ਬੰਦਾ ਕੋਈ XML ਆ, ਮੌਜੂਦਾ MLA ਆ, ਸਾਬਕਾ ਮੰਤਰੀ ਆ, ਮੌਜੂਦਾ ਮੰਤਰੀ ਆ, ਬੰਦਾ ਕੋਈ ਸਾਬਕਾ ਮੁੱਖ ਮੰਤਰੀ ਆ, ਕਿਸੇ ਵੀ ਵੱਡੇ ਤੋਂ ਵੱਡੇ ਅਹੁਦੇ 'ਤੇ ਕਿਉਂ ਨਹੀਂ ਰਿਹਾ? ਜਿਸ ਵੀ ਬੰਦੇ ਨੇ ਪੰਜਾਬ ਦਾ ਪੈਸਾ ਖਾਧਾ ਜੀ, ਹਰ ਬੰਦੇ ਦੀ ਇਨਕੁਆਇਰੀ ਹੋਊਗੀ। ਜਿਹਦਾ ਵੀ ਨਾਂ ਸਾਹਮਣੇ ਆਊਗਾ ਉਹਦੀ ਇਨਕੁਆਇਰੀ ਹੋਈ, ਉਹ ਦੋਸ਼ੀ ਪਾਇਆ ਗਿਆ ਅਤੇ ਉਸ ਬੰਦੇ ਨੂੰ ਜਿਹੜੀ ਸਜ਼ਾ ਮਿਲੂਗੀ। ਕਿਉਂਕਿ ਜਿਹੜੀ ਗੱਲ ਤੁਸੀਂ ਸਵਾਲ ਕਰਦੇ ਹੋ, ਉਸ ਸਮੇਂ ਪੰਜਾਬ ਦੇ ਵਿੱਚ ਇਹ ਸਕੈਨ ਜਿਹੜਾ 18 ਤੋਂ 19, 21 ਤੋਂ 22 ਦੇ ਵਿੱਚ ਹੋਇਆ, ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ, ਔਰ ਮਹਿਕਮਾ ਵੀ ਖੇਤੀਬਾੜੀ ਉਹਨਾਂ ਕੋਲ ਰਿਹਾ। ਉਹਨਾਂ ਦੀ ਡਬਲ ਰਿਸਪੋਂਸੀਬਿਲਟੀ ਬਣ ਗਈ, ਇੱਕ ਤਾਂ ਮੁੱਖ ਮੰਤਰੀ ਕਰਕੇ ਬਣ ਗਈ, ਇੱਕ ਕਿਉਂਕਿ ਉਹਨਾਂ ਕੋਲ ਮਹਿਕਮਾ ਸੀਗਾ। ਅੱਜ ਮਹਿਕਮਾ ਮੇਰੇ ਕੋਲ ਹੈ, ਕੱਲ੍ਹ ਤੱਕ ਜੇ ਮੇਰੇ ਹੁੰਦਿਆਂ ਕੋਈ ਗੜਬੜ ਹੋ ਜਾਂਦੀ ਹੈ ਤਾਂ ਸਰ ਮੈਂ ਵੀ ਬਰਾਬਰ ਦਾ ਜ਼ਿੰਮੇਵਾਰ ਹੈ। ਜ਼ਰੂਰੀ ਨਹੀਂ ਹੈ ਕਿ ਮੈਂ ਪੈਸੇ ਖਾਧੇ ਆ ਜਾਂ ਕੁਛ ਕੀਤਾ, ਜ਼ਰੂਰੀ ਇਹ ਹੈ ਕਿ ਮੇਰੇ ਹੁੰਦਿਆਂ ਮੇਰੀ ਜਿਹੜੀ ਪ੍ਰਬੰਧਕੀ ਲਿਆਕਤ ਆ, ਜਿਹੜੀ ਆਪਣੇ ਮਹਿਕਮੇ ਨੂੰ ਚਲਾਉਣ ਦੀ, ਆਪਣੇ ਮਹਿਕਮੇ ਨੂੰ ਚੈੱਕ ਕਰਦੀ, ਉਹ ਮੈਂ ਕਿਉਂ ਨਹੀਂ ਕੀਤਾ? ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਇਸ ਕੇਸ ਦੇ ਵਿੱਚ ਕੋਈ ਵੀ ਬੰਦਾ ਇਨਵੋਲਵ ਹੋਊਗਾ ਉਹਦੇ ਖਿਲਾਫ਼ ਸਖ਼ਤ ਕਾਰਵਾਈ ਹੋਊਗੀ।